ਸੜਕਾਂ ਚ ਹੋ ਗਏ ਉਹ ਵਹਿਮਾਂ ਵਿੱਚ ਰਹਿ ਗਏ ਅਸੀਂ ਤੜਕਾਂ ਤੇ ਹੋ ਗਏ ਓ ਕੱਲ ਦਾ ਪਤਾ ਨਹੀਂ ਕੱਲ ਵੇਖੀ ਜਾਊਗੀ ਹਾਲ ਦੀ ਘੜੀ ਤਾਂ ਕੰਮ ਗੁੱਡ ਚੱਲਦਾ ਹੈ ਸੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਰਿਐਕਟ ਕਰਨ ਜਾ ਰਹੇ ਹਾਂ ਬਾਈ ਹਸਲ ਫਲੋ ਸੌਂਗ ਬਾਈ ਰੂਪਲਰ ਨਾਲ ਹੈਗਾ ਯਾਰ 4L ਬਾਈ ਦੋਨੇ ਆਰਟਿਸਟ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਨਾ ਦੋਨਾਂ ਦੀਆਂ ਮੈਨੂੰ ਵੋਕਲਾਂ ਬਹੁਤ ਵਧੀਆ ਲੱਗਦੀਆਂ ਅਤੇ ਘੈਂਟ ਆ ਯਾਰ ਇਹਨਾਂ ਦੋਨਾਂ ਦਾ ਕੰਮ ਅਤੇ ਦੋਨੇ ਇੱਕ ਗਾਣੇ ਦੇ ਵਿੱਚ ਇਕੱਠੇ ਮਤਲਬ ਕੁਛ ਨਾ ਕੁਛ ਖਤਰਨਾਕ ਹੋਣ ਜਾ ਰਿਹਾ ਇਹ ਗਾਣੇ ਦੇ ਵਿੱਚ ਲਿਖਿਆ ਆਪਦਾ ਵਰਸ ਲਿਖਿਆ ਦੋਨਾਂ ਨੇ ਕੰਪੋਜੀਸ਼ਨ ਆ ਜਿਹੜੀ ਉਹ ਰੂਪਲਰ ਬਾਈ ਦੀ ਆ ਬਾਕੀ ਦੋਨਾਂ ਨੇ ਆਪਦਾ ਵਰਸ ਲਿਖਿਆ ਰੂਪਲਰ ਬਾਈ ਨੇ ਆਪਦਾ ਲਿਖਿਆ ਅਤੇ ਆਜ਼ਾਦ ਬਾਈ ਨੇ ਆਪਦਾ ਲਿਖਿਆ ਮਿਊਜ਼ਿਕ ਆ ਜਿਹੜਾ ਉਹ ਹੈਗਾ 47 ਬੀਟਸ ਦਾ ਅਤੇ ਬਾਕੀ ਦੇਖਦੇ ਹਾਂ ਗਾਣਾ ਕਿਵੇਂ ਹੁੰਦਾ ਕਿਵੇਂ ਨਹੀਂ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਚੌਂਦੀਆਂ ਛੱਤਾਂ 'ਚ ਜਿਹੜੇ ਸੁੱਤੇ ਹੋਣੀ ਮਹਿਲਾਂ ਵਾਲਿਆਂ ਨੂੰ ਫਿਰ ਸੌਣ ਨਹੀਂ ਦਿੰਦੇ ਭਰ ਕੇ ਡੱਬਾਣਾ ਪੈਂਦੇ ਰੱਖਣੇ ਕੁੜੇ ਇੱਥੇ ਨਹੀਂ ਸ਼ਰੀਫੀ ਵਿੱਚ ਜਾਣ ਨਹੀਂ ਦਿੰਦੇ ਬੈਠੀਆਂ ਇੰਡਸਟਰੀ 'ਚ ਸੱਪ ਬਣ ਕੇ ਨਹੀਂ ਉਹਨਾਂ ਨਾਕਾਂ ਨੂੰ ਵੀ ਫਨ ਜੀ ਫਲਾਉਣ ਨਹੀਂ ਦਿੰਦੇ ਭੱਜਦੀ ਆ ਥਾਪੀ ਫਿਰ ਹੋ ਕੇ ਸਾਹਮਣੇ ਨਹੀਂ ਜੇ ਕੋਈ ਅੜੀ ਵਿੱਚ ਕਹਦੇ ਤੈਨੂੰ ਗਾਉਣ ਨਹੀਂ ਦਿੰਦੇ ਕਿਆ ਬਾਤ ਆ ਯਾਰ ਅੱਗੇ ਦੀ ਘੈਂਟ ਗੱਲ ਗਈ ਆ ਕਹਿੰਦਾ ਵੱਜਦੀ ਆ ਥਾਪੀ ਫਿਰ ਮੂਹਰੇ ਖੜ ਕੇ ਜਦੋਂ ਕੋਈ ਆਕੜ ਕੇ ਕਹੇ ਤੈਨੂੰ ਗਾਉਣ ਨਹੀਂ ਦਿੰਦੇ ਕਹਿੰਦੇ ਤਾਂ ਕਿਵੇਂ ਨਹੀਂ ਗਾਉਣ ਦਿੰਦਾ ਸਾਲੇ ਲੱਗਦੇ ਆ ਨਾਲ ਬਹਿਜ ਜੋਗੀ ਆਣ ਵਾਵਾ ਲੈ ਜੇ ਮੈਥੋਂ ਸਿੱਖਿਆ ਨਹੀਂ ਹੁੰਦਾ ਫਿਰ ਫੇਲ ਕਿੱਥੇ ਆ ਗੀਤਾਂ ਵਿੱਚ ਆ ਜੋ ਚਾਹੀ ਉਦਾਂ ਵੇਖ ਲਵੋ ਤਾਂ ਵੀ ਤੁਹਾਡਾ ਹੋਣਾ ਮੇਰੇ ਨਾਲ ਮਿਲ ਕਿੱਥੇ ਆ ਵਿਆਹ ਜੁੰਮੇਆਰੀਆਂ ਦਾ ਪਰ ਮੋਢਿਆਂ ਉੱਤੇ ਘਰੇ ਬਹਿ ਕੇ ਖਾਣੇ ਵਾਲਾ ਨਹੀਂ ਦੁਨੀਆ ਹਿਲਾ ਕੇ ਜਾਊਂਗਾ ਏਦਾਂ ਜੱਟ ਜਾਣੇ ਵਾਲਾ ਨਹੀਂ ਮੈਂ ਕਿਹਾ ਦੁਨੀਆ ਹਿਲਾ ਕੇ ਜਾਊਂਗਾ ਏਦਾਂ ਜੱਟ ਜਾਣੇ ਵਾਲਾ ਲੋਕਾਂ ਦੀ ਸੋਚਾਂ ਨੂੰ ਵੀ ਸੋਚਾਂ ਵਿੱਚ ਪਾਉਣਾ ਹਲੇ ਡਿੱਗੀ ਚਲੋ ਬਹਿ ਕੇ ਬਥੇਰਾ ਕੁਛ ਆਉਣਾ ਦੇਖੀ ਲੋਕਾਂ ਦੀਆਂ ਸੋਚਾਂ ਨੂੰ ਵੀ ਸੋਚਾਂ ਵਿੱਚ ਪਾਉਣਾ ਕਿਆ ਬਾਤ ਆ ਇਹ ਆ ਬਈ ਆਜ਼ਾਦ ਬਹੁਤ ਖਤਰਨਾਕ ਲਿਖਦਾ ਯਾਰ ਬੰਦਾ ਬੈਠੇ ਗੀਤ ਤੇਰਾ ਪੈਨ ਤੋਂ ਜਵਾਲ ਆਇਆ ਔਖਾ ਹੋ ਜੂ ਤੁਹਾਨੂੰ ਗੀਤ ਫੇਰ ਕੰਨਾਂ ਵਿੱਚ ਪਾਉਣਾ ਭੁੱਖਾ ਨਹੀਂ ਮੈਂ ਜਾਂਦਾ ਦੇਖੀ ਦੁਨੀਆਂ ਨੂੰ ਖਾਂਦਾ ਹਲੇ ਭਰਨਾ ਏ ਭਾਂਡਾ ਰੱਖ ਖਾਲੀ ਨਹੀਂ ਮੈਂ ਜਾਂਦਾ ਬੜਾ ਬੋਝ ਮਾੜੀ ਸੋਚ ਉੱਤੇ ਉੱਠਣ ਨਾ ਦਵੇ ਮੇਰਾ ਰੱਬ ਤੇ ਭਰੋਸਾ ਉਹੀ ਟੁੱਟਣ ਨਾ ਦਵੇ ਦੂਰ ਅੱਖੋਂ ਕਿਵੇਂ ਹੋ ਜਾ ਹਲੇ ਰੜਕੂ ਕਈਆਂ 'ਚ ਮਾੜਾ ਟਾਈਮ ਬਣ ਕੇ ਮੈਂ ਹਲੇ ਫੜਕੂ ਕਈਆਂ 'ਚ ਅੱਧਾ ਮਾੜਾ ਟਾਈਮ ਬਣ ਕੇ ਮੈਂ ਫੜਕੂ ਕਈਆਂ 'ਚ ਕਿਆ ਵਾਰਾ ਚੰਗਾ ਅੱਧਾ ਮਾੜਾ ਏ ਆਜ਼ਾਦ ਹੋ ਕੇ ਜਲਦੇ ਕਰੀਬ ਫੇਰ ਧੜਕੂ ਕਈਆਂ 'ਚ ਅਸੀਂ ਬੜਕਾਂ 'ਚ ਬੋਲ ਤੁਹਾਡੇ ਹਲਕਾਂ 'ਚ ਹੋ ਗਏ ਅਸੀਂ ਮਰਕਾਂ 'ਤੇ ਵੈਰੀ ਸਾਡੇ ਸੜਕਾਂ 'ਤੇ ਹੋ ਗਏ ਮਾੜਾ ਬੋਲਣ ਵਾਲੇ ਬੰਦੇ ਸਾਲੇ ਰੜਕਾਂ 'ਚ ਹੋ ਗਏ ਉਹ ਵਹਿਮਾਂ ਵਿੱਚ ਰਹਿ ਗਏ ਅਸੀਂ ਤੜਕਾਂ 'ਤੇ ਹੋ ਗਏ ਕੱਲ ਦਾ ਪਤਾ ਨਹੀਂ ਕੱਲ ਵੇਖੀ ਜਾਊਗੀ ਹਾਲ ਦੀ ਘੜੀ ਤਾਂ ਕੰਮ ਗੁੱਡ ਚੱਲਦਾ ਹੈ ਤੁਰਦਾ ਜਦੋਂ ਆ ਹੁੰਦੀ ਠੱਕ ਠੱਕਣੀ ਗੱਭਰੂ ਦੇ ਪੈਰੀਂ ਸੋਲ ਵੁੱਡ ਚੱਲਦਾ ਹੈ ਕਿਆ ਬਾਤ ਆ ਕਿਆ ਹੀ ਬਾਤ ਆ ਯਾਰ ਸਵਾਲ ਹੈ ਦੁਬਾਰੇ ਸੁਣਦੇ ਬਾਈ ਦਾ ਵਰਸ ਸਾਡੇ ਸੜਕਾਂ 'ਤੇ ਹੋ ਗਏ ਮਾੜਾ ਬੋਲਣ ਵਾਲੇ ਬੰਦੇ ਸਾਲੇ ਰੜਕਾਂ 'ਚ ਹੋ ਗਏ ਉਹ ਵਹਿਮਾਂ ਵਿੱਚ ਰਹਿ ਗਏ ਅਸੀਂ ਤੜਕਾਂ 'ਤੇ ਹੋ ਗਏ ਕੱਲ ਦਾ ਪਤਾ ਨਹੀਂ ਕੱਲ ਵੇਖੀ ਜਾਊਗੀ ਹਾਲ ਦੀ ਘੜੀ ਤਾਂ ਕੰਮ ਗੁੱਡ ਚੱਲਦਾ ਹੈ ਤੁਰਦਾ ਜਦੋਂ ਆ ਹੁੰਦੀ ਠੱਕ ਠੱਕਣੀ ਗੱਭਰੂ ਦੇ ਪੈਰੀਂ ਸੋਲ ਵੁੱਡ ਚੱਲਦਾ ਹੈ ਮਾਝੇ ਵਾਲਾ ਵੇਖ ਤੇਰੇ ਹੁੱਡ ਚੱਲਦਾ ਹੈ ਔਖੇ ਟਾਈਮ ਵੋਢੇ ਬਸ ਚਾਰ ਹੋਣ ਨੀ ਹੋਰ ਦੱਸ ਕੀ ਚਾਹੀਦਾ ਮਾਪਿਆਂ ਦੇ ਵਰਗੇ ਹੀ ਯਾਰ ਹੋਣ ਨੀ ਹੋਰ ਦੱਸ ਕੀ ਚਾਹੀਦਾ ਕਿਆ ਬਾਤ ਆ ਯਾਰ ਸਾਰਿਆਂ ਦੇ ਕੰਮ ਇੱਕ ਸਾਰ ਹੋਣ ਨੀ ਹੋਰ ਦੱਸ ਕੀ ਚਾਹੀਦਾ ਬਣਦਾ
ਮੈਂ ਆਕੜਾਂ ਗਰੂਰ ਸੋਹਣੀਏ ਆਜ ਐਡਾ ਜਿਹੜਾ ਮਾਣ ਵਾਲਾ ਨੀ ਦੁਨੀਆ ਹਲਾ ਕੇ ਜਾਊਂਗਾ ਐਡਾ ਜੱਟ ਜਾਣੇ ਵਾਲਾ ਨੀ ਮੈਂ ਕਿਹਾ ਦੁਨੀਆ ਹਲਾ ਕੇ ਜਾਊਂਗਾ ਐਡਾ ਜੱਟ ਜਾਣੇ ਵਾਲਾ ਨੀ ਅੱਗ ਲੱਗਣੀਆਂ ਪੈਰੀ ਪੈਰ ਖਿੱਚਣ ਵਾਲੇ ਆਉਂਦੇ ਮਾੜਾ ਸਮਾਂ ਦੇਖ ਮੇਰਾ ਅੱਖਾਂ ਮੀਚਣ ਵਾਲੇ ਆਉਂਦੇ ਭੌਂਕਾ ਗਿਰੀ ਬਹੁਤਾ ਚਿਰੀ ਚੱਲ ਦੀ ਨੀ ਬਹੁਤੀ ਦੂਰ ਬੰਦਾ ਅਸਲਾ ਵੀ ਲੇਟ ਭਾਵੇਂ ਆਉਂਦਾ ਏ ਜ਼ਰੂਰ ਬੰਦਾ ਇੱਕ ਵਾਰ ਦੁਬਾਰੇ ਸੁਣਦੇ ਹਾਂ ਰਾਜੀ ਦੁਬਾਰੇ ਸੁਣਦੇ ਹੈਗੇ ਆਪਾਂ ਆਜ਼ਾਦ ਬਾਈ ਦਾ ਵੀ ਕੀ ਕਹਿੰਦਾ ਹੈਗਾ ਇਹ ਬਾਈ ਨਾ ਥੋੜ੍ਹਾ ਜਿਹਾ ਫਾਸਟ ਗਾਉਂਦਾ ਕਰਕੇ ਉਹ ਥੋੜ੍ਹੀ ਜਿਹੀ ਉੱਪਰ ਦੀ ਲੰਘ ਜਾਂਦੀ ਗੱਲ ਪੈਰੀ ਪੈਰ ਖਿੱਚਣ ਵਾਲੇ ਇੱਕ ਮਿੰਟ ਅੱਗ ਲੱਗਣੀਆਂ ਪੈਰੀ ਪੈਰ ਖਿੱਚਣ ਵਾਲੇ ਆਉਂਦੇ ਮਾੜਾ ਸਮਾਂ ਦੇਖ ਮੇਰਾ ਅੱਖਾਂ ਮੀਚਣ ਵਾਲੇ ਆਉਂਦੇ ਭੌਂਕਾ ਗਿਰੀ ਬਹੁਤਾ ਚਿਰੀ ਚੱਲਦੀ ਨੀ ਬਹੁਤੀ ਦੂਰ ਬੰਦਾ ਅਸਲਾ ਵੀ ਲੇਟ ਭਾਵੇਂ ਆਉਂਦਾ ਏ ਜ਼ਰੂਰ ਸਹੀ ਆ ਅਸਲਾ ਵੀ ਲੇਟ ਭਾਵੇਂ ਆਉਂਦਾ ਏ ਜ਼ਰੂਰ ਕਿਆ ਬਾਤ ਆ ਯਾਰ ਕਿਆ ਹੀ ਬਾਤ ਆ ਬਾਈ ਪੂਰਾ ਫੁੱਲ ਸਵਾਦ ਆਇਆ ਗਾਣਾ ਸੁਣਨ ਦਾ ਬਾਈ ਪੂਰਾ ਐਨਰਜੈਟਿਕ ਜਿਹਾ ਗਾਣਾ ਸੀਗਾ ਅਤੇ ਇਕੱਲੀ ਇਕੱਲੀ ਗੱਲ ਘੈਂਟ ਸੀਗੀ ਬਹੁਤ ਸੋਹਣਾ ਲਿਖਿਆ ਦੋਨੇ ਬਾਈਆਂ ਨੇ ਗਾਣਾ ਅਤੇ ਮਤਲਬ ਜੀ ਕਰ ਰਿਹਾ ਵੀ ਹੁਣ ਯਾਰ ਆਹ ਵੀਡੀਓ ਨੂੰ ਆਪਾਂ ਛੇਤੀ ਛੇਤੀ ਮੁਕਾ ਕੇ ਅਤੇ ਦੁਬਾਰੇ ਪੰਜ ਸੱਤ ਵਾਰੀ ਗਾਣਾ ਸੁਣੀਏ ਰਿਪੀਟ 'ਤੇ ਅਤੇ ਮੈਂ ਤਾਂ ਯਾਰ ਬਹੁਤ ਜ਼ਿਆਦਾ ਸੁਣਨ ਵਾਲਾ ਇਹ ਗਾਣੇ ਨੂੰ ਤੁਸੀਂ ਦੱਸੋ ਬਾਈ ਤੁਹਾਨੂੰ ਗਾਣਾ ਕਿਹੋ ਜਿਹਾ ਲੱਗਿਆ ਹੈ ਨਾ ਘੈਂਟ ਲੱਗਿਆ ਗਾਣੇ ਦੀ ਕਿਹੜੀ ਚੀਜ਼ ਤੁਹਾਨੂੰ ਸਾਰਿਆਂ ਨੂੰ ਘੈਂਟ ਲੱਗੀ ਮੈਨੂੰ ਤਾਂ ਯਾਰ ਸਾਰੀਆਂ ਚੀਜ਼ਾਂ ਘੈਂਟ ਲੱਗੀਆਂ ਮਤਲਬ ਭਾਵੇਂ ਬਾਈ ਦਾ ਮਿਊਜ਼ਿਕ ਦੀ ਗੱਲ ਕਰਕੇ ਲਿਖਿਆ ਬਹੁਤ ਵਧੀਆ ਗਾਣਾ ਦੋਨੇ ਆਰਟਿਸਟਾਂ ਦੀ ਵੋਕਲ ਬਹੁਤ ਜ਼ਿਆਦਾ ਘੈਂਟ ਸੀਗੀ ਅਤੇ ਬਾਕੀ ਵੀਡੀਓ ਵੀ ਬਹੁਤ ਵਧੀਆ ਸੀਗੀ ਅਤੇ ਤੁਸੀਂ ਦੱਸੋ ਤੁਹਾਨੂੰ ਸਾਰਿਆਂ ਨਾਲੋਂ ਘੈਂਟ ਚੀਜ਼ ਕੀ ਲੱਗੀ ਗਾਣੇ ਦੀ ਮੈਂ ਜੇ ਮੈਥੋਂ ਪੁੱਛੋਗੇ ਤਾਂ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਘੈਂਟ ਚੀਜ਼ ਲੱਗੀ ਲਿਰਿਕਸ ਲਿਰਿਕਸ ਬਹੁਤ ਜ਼ਿਆਦਾ ਬੰਬ ਸੀ ਇਹ ਗੱਲਾਂ ਬਹੁਤ ਘੈਂਟ ਕੀਤੀਆਂ ਅਤੇ ਹੁਣ ਮਤਲਬ ਜੇ ਆਪਾਂ ਪਹਿਲੀ ਵਾਰ ਸੁਣਿਆ ਗਾਣਾ ਤਾਂ ਕੁਛ ਚੀਜ਼ਾਂ ਉੱਪਰ ਦੀ ਲੰਘ ਜਾਂਦੀਆਂ ਹੈ ਨਾ ਹੁਣ ਜੋ ਦੋ ਤਿੰਨ ਵਾਰੀ ਹੋਰ ਸੁਣਾਂਗੇ ਤਾਂ ਸਾਰਾ ਕੁਛ ਕਲੀਅਰ ਹੋ ਜੂਗਾ ਵੀ ਕੀ ਕੁਛ ਕਿਹਾ ਗਿਆ ਅਤੇ ਜਿੰਨਾ ਕੁ ਆਹ ਇੱਕ ਵਾਰੀ ਸੁਣੇ 'ਚ ਮੇਰੇ ਸਮਝ 'ਚ ਆਈ ਆ ਤਾਂ ਉੱਥੋਂ ਤੱਕ ਤਾਂ ਮੈਨੂੰ ਲੱਗ ਰਿਹਾ ਵੀ ਬਹੁਤ ਜ਼ਿਆਦਾ ਘੈਂਟ ਆ ਅਤੇ ਜਦੋਂ ਆਪਾਂ ਹੋਰ ਸੁਣਾਂਗੇ ਤਾਂ ਆਪਾਂ ਨੂੰ ਹੋਰ ਵੀ ਗੱਲਾਂ ਕਲੀਅਰ ਹੋਣਗੀਆਂ ਸੋ ਇਹੀ ਸੀਗਾ ਬਾਈ ਗਾਣਾ ਬਹੁਤ ਸਵਾਦ ਆਇਆ ਬਾਈ ਗਾਣਾ ਸੁਣਨ 'ਚ ਅਤੇ ਰੂਪ ਭੁੱਲਰ ਅਤੇ ਆਜ਼ਾਦ ਬਾਈ ਨੇ ਬਹੁਤ ਸੋਹਣਾ ਕੰਮ ਕੀਤਾ ਗਾਣੇ ਦੇ ਵਿੱਚ ਬਾਕੀ ਤੁਸੀਂ ਦੱਸੋ ਤੁਹਾਨੂੰ ਗਾਣਾ ਕਿਵੇਂ ਲੱਗਿਆ ਵਧੀਆ ਲੱਗਿਆ ਤਾਂ ਬਾਈ ਲਾਈਕ ਕਰ ਦਿਓ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਥੈਂਕਸ ਫੋਰ ਵਾਚਿੰਗ ਗਾਈਜ਼